ਸਵਾਦ ਤਾਂ ਆਉਂਦਾ ਮਿੱਤਰਾ ਜੇ ਤੂੰ ਕਦੇ ਮੈਨੂੰ ਸੱਦਿਆ ਤੇਰੀ ਉਹ ਤਸੱਲੀ ਕਰਾ ਕੇ ਮੈਂ ਮੁੜਨੀ ਸੀ ਕਿ ਜੋ ਪੰਜਾਬੀਆਂ ਨੂੰ ਪੰਜਾਬੀਆਂ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ ਕਿਤੇ ਤੈਨੂੰ ਅਕਲ ਆ ਜਾਂਦੀ ਕਿ ਨਹੀਂ ਭਾਈ ਪਿਆਰ ਭਰੀ ਚਿੱਠੀ ਸਿਰਫ ਇਸ ਲਈ ਇੱਡੀ ਦਰਦ ਹੋ ਰਹੀ ਭਾਈ शुरुआत है मान साहब मैनू उन्हां कमजोर लीडरां चों ना समझ नहीं जिन्हां नूं तू रात दे नेरे मिलदा रहा जां मिल के सौदेबाजी करदा रहा ठोक के गल करूं अज भी करूं कल भी करूं परसों भी करूं और जिथे जोर लगदा जोर ला ले मित्र सारयां नूं प्यार भरी सति श्री अकाल जी ਮੈਨੂੰ ਅੱਜ ਤੁਹਾਡੇ ਨਾਲ ਮੈਂ ਸੋਚਿਆ ਕਿ ਗੱਲਾਂ ਸਾਂਝੀਆਂ ਕਰਾਂ ਕਿਸ ਗੱਲ ਦੀ ਮੈਨੂੰ ਉਡੀਕ ਸੀ ਉਹ ਲਵ ਲੈਟਰ ਭਗਵੰਤ ਮਾਨ ਜੀ ਵੱਲੋਂ ਅਸਲ 'ਚ ਉਹਨਾਂ ਵੱਲੋਂ ਨਹੀਂ ਆਈ ਇਸ ਗੱਲ ਦਾ ਦੁੱਖ ਹੈ ਮਗਰ ਜਿਹੜੀ ਉਹਨਾਂ ਦੀ ਹੋਮ ਮਿਨਿਸਟਰ ਨੇ ਉਸ ਸੂਬੇ ਦੇ ਚੀਫ ਮਿਨਿਸਟਰ ਨੇ ਉਹਨਾਂ ਦੀ ਪੁਲਿਸ ਫੋਰਸ ਵੱਲੋਂ ਮੈਨੂੰ ਇੱਕ ਉਹਨਾਂ ਦੀ ਚਿੱਠੀ ਆਈ ਹੈ ਕਿ ਸਾਡੇ ਦਫ਼ਤਰ 'ਚ ਪੇਸ਼ ਹੋ ਮਨ ਨੂੰ ਤਸੱਲੀ ਬੜੀ ਹੋਈ ਕਿ ਮਾਨ ਸਾਹਿਬ ਤੇਰੇ ਸੀਨੇ 'ਤੇ ਸੱਟ ਮਾਰਨੀ ਸੀ ਠਾ ਵੱਜੀ ਹੈ ਜਾ ਦੁੱਖ ਹੈ ਇਸ ਗੱਲ ਦਾ ਸਵਾਦ ਤਾਂ ਆਉਂਦਾ ਮਿੱਤਰਾ ਜੇ ਤੂੰ ਕਦੇ ਮੈਨੂੰ ਸੱਦਿਆ ਹੁੰਦਾ ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੈਂ ਮੁੜਨੀ ਸੀ ਕਿ ਜੋ ਪੰਜਾਬੀਆਂ ਨੂੰ ਪੰਜਾਬੀਆਂ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ ਕਿਤੇ ਤੈਨੂੰ ਅਕਲ ਆ ਜਾਂਦੀ ਕਿ ਨਹੀਂ ਭਾਈ ਮੈਂ ਬਹੁਤ ਵੱਡੀ ਝੂਠ ਅਤੇ ਗੱਪ ਦੀ ਰਾਜਨੀਤੀ ਹਾਂ ਉਹ ਤੋਂ ਬਾਅਦ ਆ ਜਾਂਦਾ ਚਲੋ ਮਗਰ ਮੈਂ ਜਿਵੇਂ ਜ਼ਿਕਰ ਕੀਤਾ ਆ ਪਿਆਰ ਭਰੀ ਚਿੱਠੀ ਸਿਰਫ ਇਸ ਲਈ ਐਡੀ ਦਰਦ ਹੋ ਵੀ ਪਊ ਇਹ ਤਾਂ ਹਲੇ ਸ਼ੁਰੂਆਤ ਹੈ ਮਾਨ ਸਾਹਿਬ ਮੈਨੂੰ ਉਹਨਾਂ ਕਮਜ਼ੋਰ ਲੀਡਰਾਂ 'ਚ ਮੈਂ ਸਮਝ ਲਈ ਜਿਨ੍ਹਾਂ ਨੂੰ ਤੂੰ ਰਾਤ ਦੇ ਹਨੇਰੇ ਮਿਲਦਾ ਰਿਹਾ ਜਾਂ ਮਿਲ ਕੇ ਸੌਦੇਬਾਜ਼ੀ ਕਰਦਾ ਰਿਹਾ ਨਾ ਤੇਰੇ ਨਾਲ ਕੋਈ ਸੌਦਾ ਠੋਕ ਕੇ ਗੱਲ ਕਰੂੰ ਅੱਜ ਵੀ ਕਰੂੰ ਕੱਲ ਵੀ ਕਰੂੰ ਪਰਸੋਂ ਵੀ ਕਰੂੰ ਔਰ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਲਈ ਮਿੱਤਰਾ ਹਾਂ ਇਹ ਵੀ ਮੈਂ ਸਮਝ ਸਕਦਾ ਮਜਬੂਰੀ ਕੀ ਹੈ ਆ ਹੱਥਕੰਡੇ ਕਿਸੇ ਪੁਲਿਸ ਨੂੰ ਵਰਤਣਾ ਕਿਸੇ ਹੋਰ ਏਜੰਸੀ ਨੂੰ ਵਰਤਣਾ ਕਿਤੇ ਤੁਸੀਂ ਦੱਬ ਲਓਗੇ ਦੱਬਣਾ ਤਾਂ ਭਾਊ ਤੈਨੂੰ ਮੈਂ ਔਰ ਟਕਾ ਕੇ ਦੱਬੂ ਜਿਵੇਂ ਤੂੰ ਲੋਕਾਂ ਨੂੰ ਦੱਬਣ ਨੂੰ ਫਿਰਦਾ ਮੀਡੀਆ ਨੂੰ ਤੁਸੀਂ ਗਾਇਬ ਕਰ ਛੱਡਿਆ ਮੀਡੀਆ 'ਚ ਤੁਸੀਂ ਖਬਰ ਨਹੀਂ ਲੱਗਣ ਦਿੰਦੇ ਜੇ ਕੋਈ ਲਾ ਦਿੰਦਾ ਤੇ ਉੱਤੇ ਪਰਚਾ ਕਰ ਦਿੰਦੇ ਹੋ ਕੱਲ ਵੀ ਲੋਕਾਂ ਨੂੰ ਪਤਾ ਹੀ ਆ ਕਿਵੇਂ DGP ਸਾਹਿਬ ਦਾ ਦਫ਼ਤਰ ਵਰਤਿਆ ਗਿਆ ਖਬਰਾਂ ਰੋਕਣ ਵਾਸਤੇ ਚਲੋ ਉਹ ਗੱਲ ਵੱਖਰੀ ਹੈ ਮਗਰ ਅੱਜ ਮੈਂ ਇਹ ਵੀ ਦੱਸ ਦਿਆਂ ਪੰਜਾਬੀਆਂ ਨੂੰ ਕਿ ਇਹਨਾਂ ਨੇ ਇੱਕ ਜਿਹੜਾ ਝੂਠਾ ਕੇਸ ਮੇਰੀ ਧਰਮ ਪੱਤਰੀ ਤੇ MLA ਤੇ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ 'ਚ ਇਹਨਾਂ ਦੀ ਚੀਫ ਮਿਨਿਸਟਰ ਉਹਨਾਂ ਦਾ ਚੀਫ ਮਿਨਿਸਟਰ ਦਾ ਆਫਿਸ ਪੰਨੂ ਇਹ ਸਾਰੇ ਉਹਦੇ 'ਚ ਪ੍ਰੋਡਿਊਸਰ ਡਾਇਰੈਕਟਰ ਸਨ ਅੱਜ ਆਨਰੇਬਲ ਹਾਈ ਕੋਰਟ ਨੇ ਉਹਦੇ 'ਤੇ ਸਟੇ ਲਾਤੀ ਹੈ ਔਰ ਆਪਦਾ ਆਰਡਰ ਉਹ ਬੜੀ ਛੇਤੀ ਅਪਲੋਡ ਹੋ ਜੂਗਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਲਈ ਬੜੀ ਛੇਤੀ ਮਿਲਾਂਗੇ ਆਰਾਮ ਨਾਲ ਬਹਿ ਕੇ ਮੈਂ ਤੁਹਾਡੇ ਰੂਬਰੂ ਹੋਊਂਗਾ ਸਾਰੀਆਂ ਗੱਲਾਂ ਖੁੱਲ੍ਹ ਕੇ ਕਰੂੰਗਾ ਮਗਰ ਅੱਜ ਸਿਰਫ ਇੱਕ ਤਲਾਹ ਦੇਣੀ ਸੀ ਬ੍ਰੇਕਿੰਗ ਨਿਊਜ਼ ਮਗਰ ਦੁੱਖ ਇਸ ਗੱਲ ਦਾ ਹੈ ਕਿ ਸੱਦਾ ਪੱਤਰ ਮੁੱਖ ਮੰਤਰੀ ਵੱਲੋਂ ਨਹੀਂ ਆਇਆ ਜਿਹੜੀ ਮੈਨੂੰ ਆਸ ਸੀ ਕਿ ਆਊਗੀ ਔਰ ਮੈਂ ਉਡੀਕ ਕਰਦਾ ਸੀ ਜੀ ਦੋ ਦਿਨ ਲੇਟ ਹੋ ਗਏ ਕੱਲ੍ਹ ਬੜੀਆਂ ਮੀਟਿੰਗਾਂ ਸ਼ੀਟਿੰਗਾਂ ਕੀਤੀਆਂ ਦਬਕੇ ਵੀ ਮਾਰੇ ਗਏ ਕਿ ਸੱਦੋ ਭਾਈ ਉਹਨੂੰ ਸੱਦੋ ਭਾਈ ਦਬਕਿਆਂ ਦੀ ਤਾਂ ਲੋੜ ਨਹੀਂ ਤੂੰ ਸਿਰ ਮੁੱਖ ਮੰਤਰੀ ਹੈ ਤੁਹਾਡਾ ਆਰਡਰ ਚੱਲਣਾ ਅਸੀਂ ਆਵਾਂਗੇ ਥੋਕ ਵਜਾ ਕੇ ਆਵਾਂਗੇ ਔਰ ਤੇਰਾ ਪਰਦਾ ਫਾਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।